ਦੱਸ ਦੇਣਾ ਬਹੁਤਾ ਦੇ। ਉਹ ਨੁੱਕਰ ਤੇ ਪਰੋ ਹਾਜ ਸਾਹਿਬ, ਉਹ ਰਿੰਗ ਖਾਲੀ ਛੱਡ ਕੇ ਆ ਰਹੇ ਹੋ, ਉਹਨੂੰ ਕਲੀਅਰ ਕਰੋ ਪਹਿਲੇ। ਟਾਈਮਰ ਲੈ ਕੇ ਲੈਂਡਰ ਭਰਿਆ ਜਾ ਰਿਹਾ, ਮਸ਼ੀਨ ਚੱਲੀ ਹੋਈ ਹੈ। ਤਾਰੇ ਉਸਕੇ ਨੀਚੇ ਜਾ ਰਹੀ ਹੈ, ਯਹਾਂ ਸੇ ਮੇਨ ਆ ਰਹੀ ਹੈ ਕੇਬਲ ਕੀ ਔਰ ਬਿਜਲੀ ਦੋਨੋਂ ਕੀ ਮੇਨ ਆ ਰਹੀ ਹੈ। ਥੋੜ੍ਹੀ ਵੀ ਚੜ੍ਹਨੀ ਅਭੀ ਬਾਕੀ ਹੈ। ਵਾਸ਼ਰੂਮ ਜੇ ਆਉਣਾ ਔਰ ਇੱਕ ਵਾਸ਼ਰੂਮ ਵੋ ਆ ਗਏ ਫਰੰਟ ਪੇ ਕਮਰਾ, ਉਸਕੇ ਇਸੀ ਜਗ੍ਹਾ ਪੇ ਆਉਣਾ। ਇਹ ਕਿੱਧਰ ਗਲੀ ਹੈ, ਇੱਕ ਉੱਧਰ ਗਲੀ, ਦੋਨੋਂ ਤਰਫ ਸੀ ਸੋ ਗਲੀ ਲੱਗਦੀ ਹੈ। ਦੇਖੀ ਮੈਂ ਇਸ ਵਾਸ਼ਰੂਮ ਕੇ ਬਿਨਾ ਸਾਰੀ ਚੀਜ਼ਾਂ ਫਿੱਟ ਕਰ ਦੀ ਹੈ। ਇਹ ਵੀ ਖਤਮ ਹੋ ਗਈ, ਸੁਬਹ ਵੀ ਇਸਕੀ ਸਫਾਈ ਵਗੈਰਾ ਕਰ ਲੇਂਗੇ। ਵਾ ਹਰ ਚੀਜ਼ ਇਸਕੀ ਵੀ ਲੱਗ ਗਈ ਹੈ, ਸ਼ੀਸ਼ਾ ਵਗੈਰਾ ਵੀ ਲੱਗ ਗਈ ਹੈ, ਹਰ ਚੀਜ਼ ਲੱਗ ਗਈ ਹੈ। ਇਹ ਇਸਕੀ ਖਿੜਕੀ ਹੈ, ਵੀ ਅੰਧੇਰਾ ਲਾਈਟ ਚਲਾਤੇ ਹੈ। ਉਹ ਇਹ ਸਾਹਮਣੇ ਜੋ ਨਾ ਵੀ ਕਿਚਨ ਹੈ, ਬਾਹਰ ਇਹ ਥੋੜ੍ਹਾ ਸਾ ਸੇਨ ਹੈ, ਇੱਕ ਚਾਰ ਪਾਈ ਦਾ ਸੇਨ ਹੈ। ਇੱਧਰ ਇੱਕ ਜਾਂ ਵੀ ਡਲ ਸਕਦੀ, ਔਰ ਇਹ ਪੰਪ ਦੋ ਤਕਰੀਬਨ ਡਲ ਜਾਏਗੀ ਚਾਰ ਪਾਈ। ਔਰ ਇਹ ਕਮਰਾ ਅਟੈਚ ਵਾਸ਼ਰੂਮ ਹੈ, ਇੱਕ ਵਾਸ਼ਰੂਮ ਉਸ ਖਿੜਕੀ ਕੇ ਬਾਹਰ ਵੀ ਹੈ। ਔਰ ਇਹ ਇਸਮੇਂ ਸ਼ੀਸ਼ਾ ਲਗਾ ਹੁਆ ਹੈ, ਸਾਰੀ ਸੇਫ ਅਲਮਾਰੀ ਬਣੀ ਹੈ। ਮਾਸ਼ਾਅੱਲਾ ਕਾਫੀ ਖੂਬਸੂਰਤ ਲੱਗ ਰਹੀ ਹੈ, ਸ਼ੀਸ਼ਾ ਜੋ ਹੈ ਇਸਕੀ ਜ਼ਿਆਦਾ ਲੁੱਕ ਦੇ ਰਿਹਾ ਹੈ। ਸ਼ਹਿਰ ਵੀ ਕਾਮ ਇਸਕਾ ਮੁਕੰਮਲ ਹੋ ਗਿਆ, ਜਬ ਉਹ ਆਏਗੇ ਤਾਂ ਪਾਈ ਗਿਆ ਮੈਂ ਕਈ, ਜਬ ਆਏਗਾ ਤਾਂ ਫਿਰ ਮੈਂ ਕਹਾਂਗਾ ਕਿ ਬਾਰੇ ਆਪਕਾ ਕਾਮ ਮੁਕੰਮਲ ਹੋ ਗਿਆ। ਤੋ ਚਲਤੇ ਹੈ ਅਭੀ ਨੀਚੇ, ਲਾਈਟਾਂ ਵਗੈਰਾ ਬੰਦ ਕਰਤੇ ਹੈ। ਤੋ ਇੱਕ ਤੋ ਯੇ ਜੋ ਜੇ ਨਾ ਮੇਰੇ ਸੋਨੇ ਕੇ ਲਈ, ਇੱਕ 12 ਵੋਲਟ ਕਾ ਕੂਲਰ ਹੈ, ਚਾਰ ਵਜੇ ਬਸ ਇੱਧਰ ਹੀ ਸੋਤਾ ਹੂੰ। ਇੱਧਰ ਪਿੱਛੇ ਕਮਰਾ ਹੈ ਲੇਕਿਨ ਮੈਂ ਇੱਧਰ ਨਹੀਂ ਸੋਤਾ, ਕਿਉਂਕਿ ਇੱਧਰ ਆਪਸ ਬਣਿਆ ਅਤੇ ਇੱਧਰ ਆਪਸ ਜਿਹੜਾ ਵਾ ਕਰਾਸੀ ਬਤਾਇਆ ਕੁਲੀ ਉੱਪਰ ਸੇ ਉਹ ਵੀ ਹੈ, ਉਹ ਕੰਮ ਚਾਹੀਦਾ ਜਾ। ਇਹ ਵਾਲਾ ਵਾਸ਼ਰੂਮ ਵੀ ਹੈ ਨੀਚੇ, ਨੀਚੇ ਕੇ ਉੱਪਰ ਦੋ। ਅਸਲਾਮ ਅਲੈਕੁਮ ਜੀ, ਕੀ ਹਾਲ ਚਾਲ, ਉਮੀਦ ਕਰਦਾ ਸਮਝਣ ਕਰੀ ਸਮਝ ਅਲਹਮਦੁਲਿਲਾ, ਮੈਂ ਵੀ ਠੀਕ ਹੂੰ। ਉਮੀਦ ਕਰਦਾ ਆਪ ਸਭ ਲੋਕ ਵੀ ਖਿਆਲ ਆਫੀਅਤ ਮੇਂ ਹੋਗੇ, ਅੱਲਾਹ ਪਾਕ ਆਪ ਸਭ ਕੋ ਜਾਨ ਮੇਂ ਰੱਖੇ, ਜ਼ਬਾਨ ਮੇਂ ਰੱਖੇ, ਔਰ ਹਮੇਸ਼ਾ ਹੱਸਦੇ ਰਹੋ ਹੱਸਦੇ ਰਹੋ। ਕਾਮ ਤਾਂ ਤੋ ਯਹੀ ਹੈ, ਕਾਮ ਤਾਂ ਯਹਾਂ ਪੇ ਹੈ ਲੇਕਿਨ ਬੱਚੋਂ ਸੇ ਦੂਰ ਹੈ। ਯਹਾਂ ਪੇ ਗਾਉਂ ਮੇਂ ਇਸੀ ਲੀਏ ਗਏ ਥੇ ਕਿ ਯਹਾਂ ਪੇ ਜੋ ਕਿਰਾਇਆ ਬਹੁਤ ਜ਼ਿਆਦਾ ਹੋ ਗਿਆ ਥਾ, ਉਸਕੇ ਇਲਾਵਾ ਬਿਲ ਬਿਜਲੀ ਕੇ ਗੈਸ ਕੇ ਪਾਣੀ ਕੇ ਬਹੁਤ ਜ਼ਿਆਦਾ ਹੋ ਗਿਆ ਥਾ, ਤੋ ਇਸ ਵਜ੍ਹਾ ਸੇ ਹਮ ਲੋਕ ਯਹਾਂ ਸੇ ਚਲੇ ਗਏ ਥੇ। ਤੋ ਦੂਸਰਾ ਬਾਤ ਯੇ ਥੀ ਕਿ ਯਹਾਂ ਸੇ ਘਰ ਆ ਰਹੇ ਜਾਣੇ ਕਾ ਨਾ, ਅਗਰ ਕੋਈ ਐਮਰਜੈਂਸੀ ਆਪਕੋ ਪੜ ਜਾਤੀ ਹੈ ਨਾ, ਕਮ ਸੇ ਕਮ 30 ਸੇ 40 ਹਜ਼ਾਰ ਆਪਣੇ ਪਾਸ ਹੋ ਤਾਂ ਫਿਰ ਆਪ ਜਾ ਸਕਦੇ ਹੈ, ਵਰਨਾ ਆਪ ਨਹੀਂ ਜਾ ਸਕਦੇ। ਤੋ ਇਸ ਵਜ੍ਹਾ ਸੇ ਮੈਨੇ ਘਰ ਵਾਲੋ ਨੂੰ ਉੱਧਰ ਛੋੜ ਦਿਆ, ਪਰ ਮੈਂ ਯਹੀ ਰਹੂੰਗਾ, ਕਾਮ ਕਰ ਲਈ ਅਗਰ ਜਬ ਮੈਂ ਦੇਖੂੰ ਕੰਮ ਵੀ ਮੇਰੇ ਪਾਸ ਨਹੀਂ ਹੈ, ਤਾਂ ਮੈਂ ਗਾਉਂ ਚਲਾ ਗਿਆ ਕਰੂੰਗਾ, ਵਹਾਂ ਪੇ 2-3 ਦਿਨ ਰਹਿ ਕੇ ਫਿਰ ਵਾਪਸ ਆ ਗਿਆ ਕਰੂੰਗਾ। ਅਗਰ ਕੋਈ ਐਮਰਜੈਂਸੀ ਬਣਤੀ ਹੈ ਤਾਂ ਜਾਂ ਪੇ ਬੰਦੇ ਦਾ 1000 ਕਿਰਾਇਆ ਲੱਗੇਗਾ, ਤਾਂ ਬੰਦਾ ਵਾਪਸ ਪਹੁੰਚ ਜਾਏਗਾ, ਲੇਕਿਨ ਅਗਰ ਫੈਮਲੀ ਜਾਂ ਪੇ ਉਸਕੋ ਲੈ ਕੇ ਜਾਣਾ ਹੋ ਤਾਂ ਕਮ ਸੇ ਕਮ 30-40 ਹਜ਼ਾਰ ਰੁਪਏ ਆਪਣੇ ਪਾਸ ਹੋ, ਆ ਜਾ ਆਪਕਾ ਆਉਣਾ ਜਾਣਾ ਹੋਗਾ। ਇਸ ਵਜ੍ਹਾ ਸੇ ਮੈਨੇ ਫੈਮਲੀ ਕੋ ਪ੍ਰੋਬਲਮ ਛੋੜ ਦੀ, ਬਾਕੀ ਲੋਕ ਬਿਹਤਰ ਕਰੇਗਾ ਇਨਸ਼ਾਅੱਲਾ, ਦੇਖਤੇ ਕਿਆ ਬਣਦਾ।